ਮੈਨੂੰ ਕੋਮੇਡੀ ਫਿਲਮਾਂ ਚਾਹੇ 10 ਮਿਲ ਜਾਂਦਾ ਹੈ 20 ਮਿਲ ਜਾਂਦਾ ਹੈ 50 ਮਿਲ ਜਾਂਦਾ ਪਰ ਜਿਮ ਨੂੰ ਇੱਕ ਤਿਆਂ ਸਿੱਖ ਫਿਲਮ ਬਹੁਤ ਹੀ ਵਧੀਆ ਮੋਟੀਵੇਟਿਡ ਤੇ ਮਿਲੇ ਨਾ ਮੈਂ 40 50 ਕੋਮੇਡੀ ਫਿਲਮਾਂ ਵੀ ਸੱਜ ਸਕਦਾ ਹਾਂ ਅ ਸਰਮਾਈ ਇਹ ਅੱਖਾਂ ਚ ਵੜਾਈ ਬਹੁਤ ਹੀ ਵਧੀਆ ਲੱਗੇਗਾ ਮੈਂ ਕਹਿੰਦਾ ਅਮੀ ਅੱਬੂ ਮਿਲ ਗਿਆ ਅੱਬੂ ਮਿਲ ਗਿਆ ਕਹਿੰਦੀ ਇਹ ਸਰਮਾ ਕਹਿੰਦਾ ਸੱਤਾ ਚੁੱਲਿਆਂ ਦੀ ਸਵਾਹ ਹੈ ਮੇਰੀ ਅੰਮੀ ਕਹਿੰਦੇ ਇਹ ਸੱਤਾ ਚੁੱਲਿਆਂ ਦੀ ਸਵਾਹ ਹੈ ਇਹ ਇਹਨੇ ਜੰਨੇ ਹੋਣਾ ਹੀ ਆ ਇਹ ਜਿਹੜੇ ਢਿੱਲੇ ਤੋਂ ਮੈਂ ਕੱਢ ਲੈਣੇ ਮੇਰੇ ਸਿਰ ਤੇ ਮੈਨੂੰ ਐ ਲੱਗਿਆ ਸੀ ਕਿ ਮੇਰੇ ਮੈਨੂੰ ਸਾਰੀ ਜੰਨਤ ਹੀ ਮਿਲ ਗਈ ਆ ਮੈਨੂੰ ਐ ਲੱਗਿਆ ਮੇਰੇ ਸਿਰ ਦੇ ਉੱਤੇ ਤਾਜ ਰੱਖਿਆ ਗਿਆ ਹੈ ਨਾ ਸਿੱਖ ਇਤਿਹਾਸ ਤੇ ਫਿਲਮ ਪੰਜਾਬੀ ਬਣੀ ਮਸਤਾਨੇ ਮਸਤਾਨੇ ਫਿਲਮ ਹਿੱਟ ਵੀ ਹੋ ਗਈ ਉਸ ਦੇ ਵਿੱਚ ਬਾਲ ਕਲਾਕਾਰ ਦਾ ਰੋਲ ਕਰਨ ਵਾਲਾ ਗੋਲੂ ਮਾਜੇ ਵਾਲਾ ਉਸ ਦੇ ਨਾਲ ਰੂਬਰੂ ਕਰਾਵਾਂਗੇ ਜਾਣਾਂਗੇ ਗੋਲੂ ਕੋ ਕਿ ਜਦੋਂ ਦਾ ਵੀ ਇਹ ਸੋਸ਼ਲ ਮੀਡੀਆ ਤੇ ਐਕਟਿਵ ਹੋਇਆ ਤੇ ਹਮੇਸ਼ਾ ਹੀ ਕਾਮੇਡੀ ਕੀਤੀ ਕਾਮੇਡੀ ਤੋਂ ਬਾਅਦ ਇੱਕਦਮ ਇਤਿਹਾਸ ਦੇ ਨਾਲ ਜੁੜਨਾ ਤੇ ਇੱਕ ਉਹ ਮੂਵੀ ਕਰਨੀ ਜਿਹੜੀ ਸਿਹਤ ਦਿੰਦੀ ਹੈ ਜਿੱਦੇ ਤੋਂ ਕੁਝ ਸਿੱਖਣ ਨੂੰ ਮਿਲਦਾ ਕਿੰਨਾ ਕੁ ਫਰਕ ਸੀ ਕਾਮੇਡੀ 'ਚ ਔਰ ਇਤਿਹਾਸਿਕ ਫਿਲਮ ਕਰਨ 'ਚ ਗੱਲਬਾਤ ਕਰ ਲੈਨੇ ਆ ਗੋਲੂ ਮਾਝੇ ਵਾਲੇ ਨਾਲ ਗੋਲੂ ਸਵਾਗਤ ਹੈ ਤੁਹਾਡਾ న్యూਸ ਜਰਨਲਿੰਗ ਪੰਜਾਬ ਤੇ ਸ਼ਸ਼ੀਕਲ ਸਰ ਗੋਲੂ ਸ਼ੁਰੂ ਤੋਂ ਸੋਸ਼ਲ ਮੀਡੀਆ ਤੇ ਐਕਟਿਵ ਰਹੇ ਤੇ ਕਾਮੇਡੀ ਦੇ ਰੂਪ ਚ ਰਹੇ ਪਹਿਲਾਂ ਵੀ ਜਿਹੜੀਆਂ ਫਿਲਮਾਂ ਚ ਰੋਲ ਆਏ ਕਾਮੇਡੀਅਨ ਆਏ ਇਸ ਵਾਰ ਇਤਿਹਾਸਿਕ ਫਿਲਮ ਨਾਲ ਜੁੜ ਕੇ ਕਿੰਨਾ ਕੁ ਫਰਕ ਲੱਗਾ ਕਾਮੇਡੀ ਕਰਨੀ ਸੌਕੀ ਕਿ ਜਾਂ ਸੀਰੀਅਸ ਫਿਲਮ ਯਾਨੀ ਕਿ ਇਤਿਹਾਸ ਨਾਲ ਜੁੜੀ ਫਿਲਮ ਕਰਨੀ ਜਿਹੜੀ ਆ ਉਹ ਚ ਮੁਸ਼ਕਲ ਆਈ ਪਹਿਲਾਂ ਤਾਂ ਸਰ ਬਹੁਤ ਹੀ ਵਧੀਆ ਸੀ ਫਿਲਮ ਆ ਹਨਾ ਐਕਸਪੀਰੀਅੰਸ ਵੀ ਬਹੁਤ ਵਧੀਆ ਰਿਹਾ ਮੈਨੂੰ ਸਿੱਖਣ ਨੂੰ ਮਿਲਿਆ ਕੁਝ ਪਰ ਮੈਨੂੰ ਕਮੇਡੀ ਫਿਲਮਾਂ ਚਾਹੇ 10 ਮਿਲ ਜਾਂਦਾ ਹੈ 20 ਮਿਲ ਜਾਂਦਾ ਹੈ 50 ਮਿਲ ਜਾਂਦਾ ਪਰ ਜੇ ਮੈਨੂੰ ਇੱਕ ਇਤਿਹਾਸਿਕ ਫਿਲਮ ਬਹੁਤ ਹੀ ਵਧੀਆ ਮੋਟੀਵੇਟਿਡ ਤੇ ਮਿਲੇ ਨਾ ਮੈਂ 40 50 ਕਮੇਡੀ ਫਿਲਮਾਂ ਵੀ ਸਾੜ ਸਕਦਾ ਹਾਂ ਇੱਕ ਸਿੱਖ ਇਤਿਹਾਸਿਕ ਫਿਲਮ ਬਣਾਉਣ ਦੀ ਖਾਤਰ ਕਿਉਂਕਿ ਜਿਹੜੇ ਸਾਡੇ ਨਿਹੰਗ ਸਿੰਘ ਜੀ ਸੀ ਸਾਡੇ ਗੁਰੂਆਂ ਗੁਰੂਆਂ ਦੀ ਫੌਜ ਹੈ ਨਾ ਜੋ ਜੋ ਸਾਡੇ ਨਾਲ ਹੁੰਦ ਰਿਹਾ ਉਹਨਾਂ ਨੇ ਆਪਣਾ ਭਾਰਤ ਨੂੰ ਆਜ਼ਾਦ ਕਰਵਾਇਆ ਸ਼ਹੀਦ ਭਗਤ ਸਿੰਘ ਜੀ ਉਹਨਾਂ ਨੇ ਸੀ ਜੀ ਨਿਹੰਗ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੇ ਉਹ ਪੜਾਣੇ ਜਵਾਨੇ ਤੇ ਇਦਾਂ ਸੀਗੇ ਕਿ ਲਾਹੌਰੋਂ ਦੇ ਸੀਗੇ ਬੰਦੇ ਇੱਧਰ ਜਨਾਨੀਆਂ ਰਾਣੀਆਂ ਲੈ ਜਾਂਦੇ ਸੀਗੇ ਉੱਧਰ ਬਾਅਦ ਚ ਬੋਲੀ ਲਾਉਂਦੇ ਸੀਗੇ ਤੇ ਆਪਣੇ ਸਿੱਖ ਨਿਹੰਗਾਂ ਸਿੰਘਾਂ ਫੌਜਾਂ ਨੇ ਉੱਥੋਂ ਜਾ ਕੇ ਉਹਨਾਂ ਦੇ ਜੀੜ ਫਾਰ ਕਰਕੇ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦੇ ਰਹੇ ਆ ਮੈਨੂੰ ਬਹੁਤ ਹੀ ਵਧੀਆ ਮੋਟੀਵੇਟਿਡ ਤੇ ਫਿਲਮ ਬਹੁਤ ਹੀ ਵਧੀਆ ਲੱਗੀ ਆ ਤੇ ਇਸਾ ਇਸ ਦੀ ਕਹਾਣੀ ਵੀ ਮੈਨੂੰ ਬਹੁਤ ਹੀ ਵਧੀਆ ਲੱਗੀ ਆ ਜਿੰਤੋਂ ਕਿ ਮੈਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਹਾਂਜੀ ਕਾਮੇਡੀ ਕਰਦੇ ਕਰਦੇ ਇਸ ਇਤਿਹਾਸਿਕ ਫਿਲਮ ਨਾਲ ਜੁੜਨ ਦਾ ਮੌਕਾ ਕਿੱਦਾਂ ਮਿਲਿਆ ਕਿੱਦਾਂ ਤੁਹਾਨੂੰ ਜਿਹੜਾ ਵਾ ਉਹ ਫਿਲਮ ਦੇ ਪ੍ਰੋਡਿਊਸਰਸ ਨੇ ਬੁਲਾਇਆ ਤੇ ਕੀ ਰੋਲ ਮਿਲਿਆ ਉਹਦੇ ਚ ਅ ਸਰ ਇਹ ਤੇ ਮੇਰੇ ਮੈਨੇਜਰ ਭਾਜੀ ਨਾਲ ਹੁਣ ਸਾਰਾ ਡਿਸਕਸ ਹੋਇਆ ਉਹਨਾਂ ਦਾ ਫਿਲਮ ਵਾਲੇ ਭਾਜੀ ਉਹਨਾਂ ਦਾ ਡਾਇਰੈਕਟਰ ਭਾਜੀ ਉਹਨਾਂ ਦਾ ਮੇਰੇ ਭਾਜੀ ਉਹਨਾਂ ਨੇ ਜਿਹੜੇ ਮੈਨੂੰ ਗਾਈਡ ਕਰਦੇ ਆ ਇਸ ਫਿਲਮ ਦੇ ਵਿੱਚ ਬਸ਼ੀਰੇ ਦਾ ਮੁੰਡਾ ਨਾਮ ਬਸ਼ੀਰੇ ਦਾ ਰੋਲ ਕੀਤਾ ਵਾ ਭਾਜੀ ਕਰਮਜੀਤ ਅਨਮੋਲ ਭਾਜੀ ਉਹਨਾਂ ਨੇ ਤੇ ਮੇਰਾ ਨਾਮ ਹੁੰਦਾ ਉਹਦੇ ਵਿੱਚ ਮੀਤਾ ਹਾਂਜੀ ਪਹਿਲਾਂ ਤੇ ਉਸ ਫਿਲਮ ਦਾ ਡਾਇਲੋਗ ਸੁਣ ਲੈਣੇ ਜੇ ਉਹ ਉਸ ਫਿਲਮ ਦਾ ਤੁਹਾਨੂੰ ਬੜਾ ਫੇਵਰਿਟ ਆਪਣਾ ਡਾਇਲੋਗ ਲੱਗਦਾ ਉਹ ਸੁਣਾ ਦਿਓ ਆਪਣਾ ਏ ਉਹ ਨਾ ਜਿਹੜੇ ਮੇਰੇ ਪਿਤਾ ਜੀ ਨੇ ਦੇਣਾ ਉਹਨਾਂ ਇੱਕ ਜਨਾਨੀ ਨੂੰ ਕਹਿੰਦੇ ਅ ਸੁਲਮਾਈ ਅੱਖਾਂ ਚ ਪੜ ਲਈ ਬਹੁਤ ਹੀ ਵਧੀਆ ਲੱਗੇਗਾ ਮੈਂ ਕਹਿੰਦਾ ਅਮੀ ਅੱਬੂ ਮਿਲ ਗਿਆ ਅੱਬੂ ਮਿਲ ਗਿਆ ਕਹਿੰਦੀ ਇਹ ਸੁਲਮਾ ਕਦਾ ਸੱਤਾ ਚੁੱਲਿਆਂ ਦੀ ਸਵਾਹ ਹੈ ਮੇਰੀ ਅਮੀ ਕਹਿੰਦੇ ਇਹ ਸੱਤਾ ਚੁੱਲਿਆਂ ਦੀ ਸਵਾਹ ਹੈ ਇਹਦੇ ਇਹਨੇ ਤਾਂ ਨੇ ਹੋਣਾ ਹੀ ਆ ਇਹ ਜਿਹੜੇ ਢਿੱਲੇ ਤੇ ਮੈਂ ਕੱਢ ਲੈਣੇ ਨੇ ਕਹਿੰਦਾ ਖਮੀਰ ਦੀ ਬੱਚੀ ਮੈਂ ਚਾਰ ਪੈਸੇ ਕਮਾਉਣਾ ਇਹਨੇ ਖਮੀਰ ਦੀ ਬੱਚੀ ਨੇ 1 ਰੁਪਿਆ ਨਹੀਂ ਕਮਾਉਂ ਦਿੱਤਾ ਮੈਨੂੰ ਬੋਲੋ ਵੈਸੇ ਤਾਂ ਤੁਸੀਂ ਬਿਨਾ ਪੱਗ ਤੋਂ ਹੀ ਰਹਿੰਦੇ ਹੋ ਪਰ ਮਸਤਾਨੇ ਫਿਲਮ ਦੇ ਵਿੱਚ ਤੁਸੀਂ ਦਸਤਾਰ ਵੀ ਸਜਾਈ ਉਹ ਜਿਆਦਾ ਵਧੀਆ ਲੱਗੀ ਤੇ ਕੀ ਦਸਤਾਰ ਬਣ ਕੇ ਮਹਿਸੂਸ ਕੀ ਹੋਇਆ ਮੈਨੂੰ ਤਾਂ ਟੋਪੀ ਵਾਲਾ ਸੀ ਤੋਂ ਜ਼ਿਆਦਾ ਮੈਨੂੰ ਸਰਦਾਰ ਹੋਂ ਦਾ ਕਿਰਦਾਰ ਬਹੁਤ ਵਧੀਆ ਲੱਗਿਆ ਮੈਨੂੰ ਜਦੋਂ ਮੈਂ ਸੱਚਾ ਦਸਤਾਰ ਸਵਾਰੇ ਸੀਗੇ ਮੈਨੂੰ ਵਧੀਆ ਵੀ ਲੱਗ ਰਿਹਾ ਸੀ ਮਾਨ ਮਹਿਸੂਸ ਵੀ ਹੋ ਰਿਹਾ ਕਿ ਅੱਜ ਮੈਂ ਇਸ ਤਾਜ ਜੋਗਾ ਹੋ ਗਿਆ ਹੋਇਆ ਨਹੀਂ ਆ ਪਰ ਫਿਰ ਵੀ ਮੈਨੂੰ ਮੇਰੇ ਸਿਰ ਤੇ ਮੈਨੂੰ ਆ ਲੱਗੇ ਸੀ ਕਿ ਮੇਰੇ ਮੈਨੂੰ ਸਾਰੀ ਜੰਨਤ ਹੀ ਮਿਲ ਗਈ ਆ ਮੈਨੂੰ ਆ ਲੱਗਾ ਮੇਰੇ ਸਿਰ ਦੇ ਉੱਤੇ ਤਾਜ ਰੱਖਿਆ ਗਿਆ ਹੈ ਨਾ ਇਸ ਫਿਲਮ ਦੇ ਵਿੱਚ ਬੜੇ ਨਾਮਵਰ ਕਲਾਕਾਰ ਨੇ ਬੜੇ ਸਰਪੇ ਕਰ ਕਲਾਕਾਰ ਨੇ ਬਹੁਤ ਸੀਨੀਅਰ ਕਲਾਕਾਰ ਨੇ ਉਹਨਾਂ ਚ ਸਭ ਤੋਂ ਵੱਧ ਪਿਆਰ ਤੇ ਸਤਿਕਾਰ ਕਿੰਨੇ ਦਿੱਤਾ ਕਿੰਨੇ ਜਿਆਦਾ ਸਿਖਾਇਆ ਤੈਨੂੰ ਸਾਰੇ ਵਧੀਆ ਸੀਗੇ ਭਾਜੀ ਤਰਸੇਮ ਜਸਰ ਭਾਜੀ ਕਹਿੰਦੇ ਆ ਗਏ ਮੈਂ ਕਿਹਾ ਹਾਂਜੀ ਭਾਜੀ ਆ ਗਏ ਹਣੀ ਮਟੂ ਭਾਜੀ ਕਹਿੰਦੇ ਉਹ ਵੱਲੇ ਤੂੰ ਫਿਲਵਾ ਚੋਂਦਾ ਮੈਂ ਕਿਹਾ ਹਾਂਜੀ ਭਾਜੀ ਕਰਨਜੀਤ ਭਾਜੀ ਕਹਿੰਦੇ ਵੱਡੇ ਲਵਾਏ ਵੱਡੇ ਲਵਾਏ ਮੈਂ ਕਿਹਾ ਥੈਂਕ ਯੂ ਭਾਜੀ ਇਦਾਂ ਸਾਰੇ ਬਹੁਤ ਹੀ ਪਿਆਰ ਦੇਣ ਦੇ ਸੀਗੇ ਉੱਥੇ ਵੀ ਤੇ ਘਰ ਦੇ ਹੱਲ ਵੀ ਪੂਰੀ ਸਪੋਰਟ ਸੀਗੀ ਵੀ ਅ ਅਹੀਂ ਇਹੋ ਇਹੋ ਜਿਹੇ ਦਿਨ ਦੇਖਿਆ ਕਿ ਸਾਡੇ ਕੋ ਇੱਕ ਕਮਰਾ ਹੁੰਦਾ ਸੀਗਾ ਉਹਦੇ ਵਿੱਚ ਆਪਾਂ ਰੋਟੀ ਪਾਣੀ ਕਰੀਦਾ ਕਰੀਦਾ ਸੀਗਾ ਤੇ ਉਹਦੇ ਵਿੱਚ ਹੀ ਸੌਂਦਾ ਸੀਗਾ ਮੰਮੀ ਕਹਿੰਦੇ ਸੀਗੇ ਰਸੋਈ ਹੁੰਦੀ ਸੀ ਸਾਡੇ ਕੋ ਉਹਦੀ ਉਹਦੀ ਸਲੈਬ ਦੇ ਥੱਲੇ ਮੰਜੀ ਵਾਰਦੇ ਨੇ ਹੁੰਨੇ ਆ ਤੇ ਜਦੋਂ ਰਾਤ ਨੂੰ ਸੋਣਾ ਤੇ ਮੰਜੀ ਕੱਢ ਲੈਣੇ ਹੁੰਨੇ ਆ ਹਾਂਜੀ ਗੋਲੂ ਨੇ ਫਿਰ ਇੰਨੇ ਕੁ ਪੈਸੇ ਕਮਾ ਕੇ ਕਮਾ ਕੇ ਮਾਪਿਆਂ ਨੂੰ ਦੇਈ ਜਾਣ ਰਿਹਾ ਵੀ ਹੁਣ ਘਰ ਵੀ ਵਧੀਆ ਹੋ ਗਿਆ ਸੋਫੇ ਵੀ ਆ ਗਏ ਸਾਰੀਆਂ ਚੀਜ਼ਾਂ ਆ ਗਈਆਂ ਉਹ ਨਹੀਂ ਅਜੇ ਤੇ ਘਰ ਦੀ ਘਰ ਰੈਡੀ ਹੋਣ ਵਾਲਾ ਹੋ ਗਿਆ ਆ ਰੈਡੀ ਹੋਣ ਵਾਲਾ ਰਹਿ ਗਿਆ ਬਸ ਬਾਕੀ ਤਿਆਰਤੀ ਉਰ ਕਰਕੇ ਸਮਾਨ ਸਮੂਨ ਸਾਰਾ ਹਾਂਜੀ ਆਲਰੇਡੀ ਆਂਜੀ ਹੈਗਾ ਸ਼ੂਟਿੰਗ ਤੇ ਫਿਰ ਗੋਲੂ ਨਾ ਸ਼ਰਾਰਤਾਂ ਕੌਣ ਕਰਦਾ ਕਿਉਂ ਆਮ ਪਿੰਡ ਦੇ ਵਿੱਚੋਂ ਸ਼ਰਾਰਤਾਂ ਕਰਕੇ ਹੀ ਗੋਲੂ ਮਸ਼ਹੂਰ ਹੋਇਆ ਪਹਿਲੀਆਂ ਜਿਹੜੀਆਂ ਫਿਲਮਾਂ ਮਿਲੀਆਂ ਉਹਦੇ ਚ ਵੀ ਸ਼ਰਾਰਤਾਂ ਹੀ ਕਰਦੇ ਰਹੇ ਇਹ ਸ਼ੂਟਿੰਗ ਤੇ ਵੈਸੇ ਤਾਂ ਫਿਲਮ ਸੀਰੀਅਸ ਆ ਇਤਿਹਾਸ ਨਾਲ ਜੁੜੀ ਪਰ ਜਦੋਂ ਸ਼ੂਟਿੰਗ ਤੋਂ ਬਾਹਰ ਟਾਈਮ ਮਿਲਦਾ ਸੀ ਉਹ ਤੇ ਸ਼ਰਾਰਤਾਂ ਕੌਣ-ਕੌਣ ਕਰਦਾ ਸੀ ਨਹੀਂ ਮੈਂ ਸ਼ਰਾਰਤਾਂ ਵਾਲ ਤੇ ਹਾਨੀ ਦਿੱਤਾ ਫਿਲਮ ਦੇ ਵਿੱਚ ਮੈਂ ਮੋਟੀਵੇਟਿਡ ਚੀਜ਼ਾਂ 'ਤੇ ਧਿਆਨ ਦਿੱਤਾ ਇਸ ਤਰੀਕੇ ਨੂੰ ਆਹ ਆਹ ਡਾਇਲੋਗ ਨੂੰ ਕਿ ਕਿਹੜੇ ਤਰੀਕੇ ਨਾਲ ਬੋਲਿਆ ਜਾ ਸਕਦਾ ਆ ਆਹ ਡਾਇਲੋਗ ਨੂੰ ਕਿਹੜੀ ਚੀਜ਼ ਦੇ ਨਾਲ ਬੋਲਿਆ ਜਾ ਸਕਦਾ ਕਿਹੜੀ ਕੰਪੋਜ਼ ਦੇ ਨਾਲ ਆਹ ਰਿਐਕਸ਼ਨ ਨੂੰ ਕਿਹੜੀ ਮਤਲਬ ਕਿਹੜੇ ਤਰੀਕੇ ਨਾਲ ਮਤਲਬ ਦੇਣਾ ਦੇ ਆ ਜਾ ਸਕਦਾ ਆ ਇਸ ਤਰੀਕੇ ਨਾਲ ਤੇ ਪਿੰਡ ਦੇ ਪਿੰਡ ਵਾਲ ਦੀ ਮੈਂ ਗੱਲ ਨਹੀਂ ਕਰਦਾ ਕਿਉਂਕਿ ਇੱਥੇ ਮੈਨੂੰ ਗਲਤ ਚੀਜ਼ਾਂ ਵੀ ਸੁਖੁੰਦੇ ਪਰ ਮੈਂ ਧਿਆਨ ਨਹੀਂ ਦਿੰਦਾ ਹੈਗਾ ਕਈ ਛੜਦੇ ਵੀ ਆ ਚਲੋ ਰੱਬ ਉਹਨਾਂ ਦੀ ਵੀ ਵੱਡੀ ਵੱਡੀ ਉਮਰ ਕਰੇ ਕਈ ਮੈਨੂੰ ਗਾਲਾਂ ਵੀ ਕੱਢਦੇ ਆ ਕਈ ਮੈਨੂੰ ਕਹਿੰਦੇ ਤੂੰ ਬੱਸ ਇੰਨਾ ਕੀ ਰਹਿਣਾ ਵਾ ਤੂੰ ਬੱਸ ਹੋ ਗਿਆ ਵਾ ਬੱਸ ਤੇਰੀ ਚੜ੍ਹਾਈ ਹੈ ਨਹੀਂ ਹੁਣੇ ਬੱਸ ਤੂੰ ਤੇਰੇ ਤੋਂ ਤਾਂ ਪਾਕਿਸਤਾਨੀ ਫਿਲਮ ਆਉਣ ਤੋਂ ਬਾਅਦ ਤੇ ਫਿਰ ਬੋਲੂ ਫਿਰ ਚੜ੍ਹਾਈ ਹੋ ਗਈ ਹੁਣੇ ਨੇ ਨੇ ਚੜਾਈ ਦੇ ਵਾਹਿਗੁਰੂ ਦੀ ਕਿਰਪਾ ਆ ਜੀ ਸਾਰੀ ਤੇਰੇ ਕੋਲ ਜオーਡੀਅੰਸ ਦਾ ਪਿਆਰ ਆ ਹਾਂਜੀ ਤੇ ਇਸ ਕਰਕੇ ਮੈਂ ਪਿੰਡ ਨਾਲ ਬਹੁਤਾ ਧਿਆਨ ਨਹੀਂ ਦਿੰਦਾਗਾ ਕਈ ਵਿੱਚ ਚੰਗੇ ਵੀ ਆ ਬਾਹਰੋਂ ਬੰਦੇ ਆਣ ਕੇ ਕਹਿੰਦੇ ਆ ਕਿ ਗੋਲੂ ਬਹੁਤ ਵਧੀਆ ਤੂੰ ਕਿਰਦਾਰ ਕਿੰਨਾ ਵਾਇਆ ਵਾ ਤੇ ਆਪਣੇ ਪਿੰਡ ਦੇ ਵਿੱਚ ਇੱਕ ਬੰਦੇ ਨੇ ਪਿੰਡ ਦੇ ਨਹੀਂ ਕਿਹਾ ਵੀ ਗੋਲੂ ਬੜੀ ਵਧੀਆ ਫਿਲਮ ਲੱਗੀ ਕਿੱਦਾਂ ਦਾ ਉਹਦੇ ਵਿੱਚ ਤੇਰਾ ਸੀਨ ਆ ਕਿੱਦਾਂ ਦਾ ਨਹੀਂ ਮੇਰੇ ਡੈਡੀ ਇੱਕੋ ਗੱਲ ਕਹਿੰਦੇ ਹੁੰਦੇ ਤੂੰ ਪਿੰਡ ਨਾਲ ਧਿਆਨ ਨਹੀਂ ਦੇਣਾ ਤੂੰ ਆਪਣੇ ਕਰੀਏਰੇ 'ਤੇ ਧਿਆਨ ਦੇਣਾ ਆ ਕਿੱਦਾਂ ਦਾ ਕਿਹੜੀ ਚੀਜ਼ ਕਰਨੀ ਕਿਹੜੀ ਨਹੀਂ ਬਾਕੀ ਪਿੰਡ ਦੇ ਨਾਲ ਮੈਂ ਕੋਈ ਗੱਲ ਨਹੀਂ ਕਰਦਾ ਜਿਹੜੇ ਸੜਦੇ ਉਹਨਾਂ ਦੀ ਵੀ ਰੱਬ ਵੱਡੀ ਵੱਡੀ ਉਮਰ ਜਿਹੜੇ ਮੇਰੇ ਹੇਟਰਸ ਆ ਉਹਨਾਂ ਨੂੰ ਵੀ ਬਾਬਾ ਤਰਖਿਆਂ ਦਵੇ ਹਾਂਜੀ ਕਿੱਥੇ ਕਿੱਥੇ ਜਾ ਕੇ ਸ਼ੂਟਿੰਗ ਕੀਤੀ ਕਿੰਨੇ ਦਿਨ ਸ਼ੂਟਿੰਗ ਕਰਕੇ ਆਏ ਇਹ ਸਰ 4 ਦਿਨ ਇਥੇ ਮੋਹਾਲੀ ਜਾਂ ਰੋਪੜ ਚੱਲੀ ਜੇ ਤੇ 4-5 ਦਿਨ ਰਾਜਸਥਾਨ ਚੱਲੀ ਹਾਂ ਜੀ ਜੇ ਗੋਲੂ ਦੇ ਫਿਊਚਰ ਦੀ ਗੱਲ ਕੀਤੀ ਜਾਵੇ ਤਾਂ ਅਗਲੇ ਪ੍ਰੋਜੈਕਟ ਕਿਹੜੇ ਨੇ ਕਿਹੜੀ ਕਿਹੜੀ ਫਿਲਮ ਨਵੀਂ ਆ ਰਹੀ ਹੈ ਸਰੋਂ ਤੇ ਦੋ ਤਿੰਨ ਫਿਲਮਾਂ ਨਿਊ ਆ ਰਹੀਆਂ ਆ ਇੱਕ ਤਾਂ ਨੈਕਸਟ ਮੰਥ ਹੋਣੀ ਆ ਪ੍ਰੀਤਰਪਾਲ ਭਾਜੀ ਦੀ ਉਹਦੇ ਵਿੱਚ ਵੀ ਮੈਂ ਹੈਗਾ ਆ ਹਾਂਜੀ ਹੋਰ ਵੀ ਦੋ ਤਿੰਨ ਬਹੁਤ ਹੀ ਬਹੁਤ ਹੀ ਫਿਲਮਾਂ ਆਉਣਗੀਆਂ ਬਾਕੀ ਤੁਹਾਨੂੰ ਨੈਕਸਟ ਟਾਈਮ ਉਹਨਾਂ ਦੇ ਨਾਮ ਦੱਸੂਗਾ ਜੀ ਉਹਦੇ ਵਿੱਚ ਕਿਦਾਂ ਦਾ ਰੋਲ ਆ ਉਹਦੇ ਵਿੱਚ ਜਿਹੜੀ ਪ੍ਰੀਤਰਪਾਲਾ ਜੀ ਭਾਜੀ ਵਾਲੀ ਆ ਉਹਦੇ ਚ ਤੇ ਦਸ਼ਤਾਨੇ ਵਾਲਾ ਹੀ ਆ ਹਾਂਜੀ ਹਾਂਜੀ ਦਸ਼ਤਾਨੇ ਵਾਲੇ ਰੋਲ ਜ਼ਿਆਦਾ ਪਸੰਦ ਨੇ ਕਿ ਜਾਂ ਫਿਰ ਜਿਸ ਤਰ੍ਹਾਂ ਹੁਣ ਤੁਸੀਂ ਰੋਲ ਨਿਭਾਇਆ ਬੜਾ ਸੀਰੀਅਸ ਰੋਲ ਸੀ ਉਹ ਜ਼ਿਆਦਾ ਪਸੰਦ ਆ। ਨਹੀਂ ਮੈਨੂੰ ਇਹੋ ਜਿਹੀ ਪਸੰਦ ਆ ਮੋਟੀਵੇਟਿਡ ਸਿੱਖਾ ਸਿੱਖ ਇਤਿਹਾਸ ਤੇ ਜਿਹੜੇ ਕੀਤੇ ਜਾ ਸਕਦੇ ਆ ਹਾਂਜੀ। ਇਹ ਗੋਲੂ ਮੱਝੇ ਵਾਲਾ ਸਿੱਖ ਇਤਿਹਾਸ ਨਾਲ ਜੁੜੀ ਫਿਲਮ ਮਸਤਾਨੇ ਦੇ ਵਿੱਚ ਰੋਲ ਨਿਭਾ ਕੇ ਆਇਆ। ਕਹਿੰਦਾ ਕਿ ਪਿੰਡ ਦੇ ਵਿੱਚ ਉਹ ਅਜਿਹੇ ਲੋਕ ਵੀ ਨੇ ਜਿਹੜੇ ਕੁਰਾਹੇ ਪਾਉਂਦੇ ਆ ਪਰ ਕਹਿੰਦਾ ਕਿ ਮੈਂ ਉਹਨਾਂ ਵੱਲ ਧਿਆਨ ਨਹੀਂ ਦਿੰਦਾ। ਮੈਂ ਆਪਣੇ ਰਾਹ ਤੁਰਿਆ ਜਾਣਾ ਮਸਤਾਨੇ ਤੋਂ ਬਾਅਦ ਹੋਰ ਵੀ ਅਗਲੀਆਂ ਜਿਹੜੀਆਂ ਫਿਲਮਾਂ ਨੇ ਉਹ ਵੀ ਜਲਦ ਰਿਲੀਜ਼ ਹੋ ਰਹੀਆਂ ਕੈਮਰਾਮੈਨ ਬੰਟੀ ਦੇ ਨਾਲ ਨਿਊਜ਼ 18 ਪੰਜਾਬ ਲਿਖੇ ਤੇ ਲੂਥਰਾ ਬਟਾਲਾ